ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ 'ਚ ਮੁਕਾਬਲਾ, ਇੱਕ ਸ਼ੱਕੀ ਹਲਾਕ। ਦੋ ਸਾਲ ਬਾਅਦ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਉੱਤੇ ਪਿੰਡ ਸਮਾਊ 'ਚ ਲੱਗੀਆਂ ਰੌਣਕਾਂ, ਬੋਲੀਆਂ ਗਿੱਧਾ ਪਾ ਕੇ ਮਨਾਇਆ ਜਸ਼ਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਨਾ ਪਿੱਛੋਂ ਮੋਦੀ ਕਾ ਪਰਿਵਾਰ ਹਟਾਉਣ ਦੀ ਕੀਤੀ ਅਪੀਲ। ਬਰਨਾਲਾ 'ਚ ਵਿਜੀਲੈਂਸ ਬਿਊਰੋ ਨੇ ASI ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ। CM ਸਾਹਿਬ ਨੇ ਸਾਨੂੰ 2027 ਚੋਣਾਂ ਦੀ ਤਿਆਰੀ ਲਈ ਦਿੱਤਾ ਥਾਪੜਾ, ਹਾਰ ਅਤੇ ਮੰਥਨ ਵਾਲੀ ਮੀਟਿੰਗ ਤੋਂ ਬਾਅਦ ਬੋਲੇ ਪਵਨ ਟੀਨੂੰ। ਕਿਹਾ, ਜਲੰਧਰ 'ਚ ਵੱਡਾ ਚਿਹਰਾ ਸੀ ਚਰਨਜੀਤ ਸਿੰਘ ਚੰਨੀ, ਮੈਂ ਸਿਰਫ 29,000 ਵੋਟਾਂ ਨਾਲ ਹਾਰਿਆ। ਬਠਿੰਡਾ 'ਚ ਝੋਨਾ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰ ਦੀ ਸਲਾਹ, 8 ਤੋਂ 10 ਦਿਨਾਂ ਬਾਅਦ ਸ਼ੁਰੂ ਕਰੋ ਝੋਨੇ ਦੀ ਬਿਜਾਈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੰਭਾਲਿਆ ਅਹੁਦਾ। ਮਲਾਵੀ ਦੇ ਉਪ ਰਾਸ਼ਟਰਪਤੀ ਦੀ ਜਹਾਜ਼ ਹਾਦਸੇ 'ਚ ਮੌਤ, 24 ਘੰਟੇ ਬਾਅਦ ਮਿਲਿਆ ਜਹਾਜ਼ ਦਾ ਮਲਬਾ। ਕੰਗਣਾ ਰਣੌਤ ਨੂੰ ਸੰਦੀਪ ਪਾਠਕ ਵੱਲੋਂ ਕਰਾਰਾ ਜਵਾਬ, ਪੰਜਾਬ ਦਾ ਅੰਨ ਖਾ ਕੇ ਪੰਜਾਬੀਆਂ ਨੂੰ ਮਾੜਾ ਬੋਲਣਾ ਬਹੁਤ ਘਟੀਆ ਗੱਲ। ਅਰਜੁਨ ਰਾਮ ਮੇਘਵਾਲ ਨੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਸੁਤੰਤਰ ਚਾਰਜ ਵੱਲੋਂ ਅਹੁਦਾ ਸੰਭਾਲਿਆ।